ਜਿਹੜਾ ਖਾਣਾ ਤੁਹਾਨੂੰ ਮਿਲ ਰਿਹਾ ਹੈ ਇਹ ਸਾਰੇ ਕਿਸਾਨਾਂ ਤੋਂ ਮਿਲ ਰਿਹਾ ਤੇ ਹੁਣ ਇਹ ਕਿਸਾਨ ਇੰਨੀ ਬੁਰੀ ਹਾਲਤ 'ਚ ਹੈਗੇ ਆ ਤੇ ਸਾਨੂੰ ਨਾਲ ਖੜਨਾ ਚਾਹੀਦਾ। ਹਾਂਜੀ, ਜਿਹੜੇ ਕਿਸਾਨ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਤੁਹਾਡੇ ਨਾਲ ਹਾਂ ਤੇ ਜਿਹੜੇ ਹੱਕ ਲਈ ਤੁਸੀਂ ਲੜ ਰਹੇ ਹਾਂ ਉਹ ਸਹੀ ਆ ਤੇ ਜਿੰਨਾ ਚਿਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈ ਲੈਂਦੀ ਤੁਸੀਂ ਹੌਸਲਾ ਨਾ ਹਾਰੋ, ਲੜੋ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ। ਅਸੀਂ ਤੁਹਾਡੇ ਸੰਘਰਸ਼ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਪਰ ਕੈਨੇਡਾ ਬੈਠੇ ਜੋ ਅਸੀਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਜਿੰਨਾ ਚਿਰ ਇਹ ਲੜਾਈ ਆਪਾਂ ਜਿੱਤ ਦੇਣੀ ਹੌਸਲਾ ਨਾ ਹਾਰਿਓ। ਜਿਹੜੇ ਯੂਥ ਇਹ ਵੀਡੀਓ ਵੇਖ ਰਹੇ ਨੇ ਪਲੀਜ਼ ਆਪਾਂ ਐਸ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਖੜੋ, ਫਾਰਮਰਸ ਦੀ ਸਪੋਰਟ ਕਰੋ, ਇਹ ਵੀਡੀਓ ਲਾਈਕ ਕਰੋ ਅਤੇ ਸ਼ੇਅਰ ਕਰੋ। ਜਿਹੜੇ ਵੀ ਪਲੈਟਫਾਰਮ 'ਤੇ ਤੁਸੀਂ ਆਪਦੀ ਓਪੀਨੀਅਨ ਪਾ ਸਕਦੇ ਹਾਂ, ਤੁਹਾਡੀ ਇੱਕ ਓਪੀਨੀਅਨ ਸਾਰਾ ਕੁਝ ਬਦਲ ਸਕਦੀ ਆ। ਪਲੀਜ਼ ਸ਼ੇਅਰ ਕਰੋ ਇਹ ਵੀਡੀਓ। ਥੈਂਕ ਯੂ।